ਤੁਸੀਂ ਦੇਖਿਆ ਹੋਣਾ ਕਿ ਜਿਹੜਾ ਤੁਸੀਂ ਸੂਬਾ ਮੇਰੇ ਨਾਲ ਗੱਲ ਕੀਤੀ ਸੀ ਕਿ ਗਵਰਨਮੈਂਟ ਕਿਹਦੇ ਕਿਹਦੇ ਕੰਮ ਕਰੇਗੀ ਪੌਣੇ 12 ਹੋ ਗਏ ਨੇ ਹੁਣ ਅਸੀਂ ਕੈਬਨਿਟ ਮੀਟਿੰਗ ਜਿਹੜੀ 8 ਵਜੇ ਸਟਾਰਟ ਹੋਈ ਔਰ ਇੱਕ ਇੱਕ ਇਸ਼ੂ ਦੇ ਉੱਪਰ ਬੜਾ ਬਰੀਕੀ ਦੇ ਨਾਲ ਇਸ਼ੂ ਨੂੰ ਟੱਚ ਕੀਤਾ ਗਿਆ ਔਰ ਉਹਨਾਂ ਦੇ ਉੱਪਰ ਜਿਹੜੀ ਕਨਸੈਂਸਸ ਬਣਿਆ ਉਹਦੇ ਲਈ ਅਸੀਂ ਕੀਤਾ ਸਭ ਤੋਂ ਵੱਡੀ ਗੱਲ ਇਹ ਅਸੀਂ ਕੀਤੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਵਾਟਰ ਸਪਲਾਈ ਉਹਦੇ ਬਾਰੇ ਜਿਹੜੇ ਹੋਰ ਹੈਗੇ ਨੇ ਕੇਸ ਜਿਵੇਂ ਗਰੀਬ ਲੋਕਾਂ ਨੂੰ ਪਲਾਟ ਦੇਣੇ ਪੰਜ ਪੰਜ ਮਰਲੇ ਦੇ ਉਹਦੇ ਬਾਰੇ ਕਿਉਂ ਕਿਹਾ ਕਿ ਇਹਨੂੰ ਸਿੰਪਲੀਫਾਈ ਕਰੋ ਇਹਨੂੰ ਬਲੋਕ ਲੈਵਲ 'ਤੇ ਲੈ ਕੇ ਆ ਜਾਓ ਕਿ ਉਹਨਾਂ ਨੂੰ ਲੋਕਾਂ ਨੂੰ ਡਿਸਟ੍ਰਿਕਟ ਲੈਵਲ 'ਤੇ ਨਾ ਜਾਣਾ ਪਵੇ ਖੱਜਲ ਖਰਾਬੀ ਨਾ ਹੋਵੇ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਚੀਜ਼ਾਂ ਨੇ ਪੰਜ ਛੇ ਅਸੀਂ ਚੀਜ਼ਾਂ ਕਰਕੇ ਆਏ ਹਾਂ ਜਿਨ੍ਹਾਂ ਦੇ ਵਿੱਚ 200 ਯੂਨਿਟ ਤੋਂ 300 ਯੂਨਿਟ ਕਰਨ ਬਾਰੇ ਕਿ ਇਹਨਾਂ ਨੂੰ ਕਿਹਾ ਕਿ ਇਹਨੂੰ ਪੂਰਾ ਡਿਟੇਲਡ ਉਹਦੇ 'ਚ ਲੋਕਾਂ ਤੱਕ ਜਾਇਆ ਜਾਏਗਾ BPL ਜਾਂ ਨੀਲੇ ਕਾਰਡ ਜੋ ਵੀ ਰਾਸ਼ਨ ਕਾਰਡ ਜਿਨ੍ਹਾਂ ਨੂੰ ਦਿੱਤੇ ਗਏ ਨੇ ਉਹਨਾਂ ਨੂੰ ਵਿੱਚ ਕਵਰ ਕੀਤਾ ਜਾਏ ਔਰ ਨੈਕਸਟ ਜਿਹੜੀ ਅਸੀਂ ਮੀਟਿੰਗ ਕੈਬਨਿਟ ਦੀ ਆ ਉਹ ਬੁੱਧਵਾਰ ਫਿਰ ਦੁਬਾਰਾ ਰੱਖੀ ਹੈ ਔਰ ਉਹਦੇ ਵਿੱਚ ਫਿਰ ਡਿਸਾਈਡ ਕੀਤਾ ਨੈਕਸਟ ਬੁੱਧਵਾਰ ਕੱਲ੍ਹ ਵਾਲਾ ਦਿਨ ਜਿਹੜਾ ਅਗਲਾ ਬੁੱਧਵਾਰ ਆਏਗਾ ਉਸ ਦਿਨ ਅਸੀਂ ਇਹ ਮੀਟਿੰਗ ਰੱਖੀ ਹੈ ਕਿ ਹਰ ਬੁੱਧਵਾਰ ਅਤੇ ਬੁੱਧਵਾਰ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ ਔਰ ਉਹਨਾਂ ਜਿਹੜੇ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਏਗਾ ਔਰ ਉਹਨਾਂ ਨੂੰ ਦੇਖਿਆ ਜਾਏਗਾ ਉਹਨਾਂ ਦੇ ਪ੍ਰੋਗਰੈਸ ਦੇ ਕੀ ਜਾਏਗੀ ਕਿ ਕਿਹੜਾ ਡਿਸਕਸ ਹੋਏ ਨੇ ਕਿਹੜੇ ਨਹੀਂ ਤਕਰੀਬਨ ਅਸੀਂ ਜਿੰਨੇ ਇਸ਼ੂਜ਼ ਨੇ ਜਿਹੜੇ ਉਹ ਤੁਹਾਨੂੰ ਪ੍ਰੈਸ ਨੋਟ ਵੀ ਆ ਗਿਆ ਉਹ ਡਿਟੇਲ ਜਿਹੜੀ ਆ ਉਹ ਤੁਹਾਡੇ ਕੋਲ ਪਹੁੰਚ ਜਾਏਗੀ ਇਸ ਕਰਕੇ ਤੁਹਾਨੂੰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗਵਰਨਮੈਂਟ ਜਿਹੜੀ ਆ ਉਹ ਐਕਸ਼ਨ 'ਚ ਆ ਔਰ ਬੜੇ ਵਧੀਆ ਤਰੀਕੇ ਦੇ ਨਾਲ ਜੇ ਸਾਨੂੰ 10-10 12-12 ਜਾਂ 15 ਘੰਟੇ ਵੀ ਕੰਮ ਕਰਨਾ ਪਏਗਾ ਅਸੀਂ ਤੁਹਾਡੇ ਪੰਜਾਬ ਦੇ ਲੋਕਾਂ ਨਾਲ ਜੋ ਅੱਜ ਚੰਨੀ ਸਾਹਿਬ ਨੇ ਵਾਅਦਾ ਕੀਤਾ ਕਿ ਮੈਂ ਇੱਕ ਗਰੀਬ ਘਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਆ ਅਤੇ ਇੰਨਾ ਹਾਈ ਕਮਾਂਡ ਨੇ ਜੋ ਅਤੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਨੇ ਉਹਦੇ 'ਚ ਅਸੀਂ ਪੂਰੀ ਉਤਰ ਦੇ ਕੋਸ਼ਿਸ਼ ਦੇਖੋ ਜਿਹੜੇ ਮੰਤਰੀ ਮੰਡਲ ਦੇ ਜਿਹੜੇ ਪੋਰਟਫੋਲੀਓ ਨੇ ਉਹ ਇੱਕ ਦੋ ਦਿਨ 'ਚ ਜਿਹੜੇ ਅਸੀਂ ਦੋ ਮਿਨਿਸਟਰੀ ਹਾਂ ਸਾਡੇ 'ਚ ਅਤੇ ਇੱਕ ਦੋ ਦਿਨ 'ਚ ਉਹਦਾ ਵੀ ਫੈਸਲਾ ਲਿਆ ਜਿਹੜੇ ਫਰੀ ਨੇ ਉਹ ਸਾਰਿਆਂ ਦੇ ਲਈ ਪੰਜਾਬ ਦੇ ਵਿੱਚ ਪੂਰੀ ਆਵਾਮ ਦੇ ਲਈ ਕਦੋਂ ਮਿਲ ਸਕਦੇ ਇਹ ਸਾਰਾ ਕੁਝ ਅਸੀਂ ਤੁਹਾਨੂੰ ਜਿਸ ਦਿਨ 4-5 ਦਿਨ ਤੋਂ ਬਾਅਦ ਅਸੀਂ 2 ਅਕਤੂਬਰ ਨੂੰ ਇਹਦੇ ਬਾਰੇ ਤੁਹਾਨੂੰ ਸਭ ਕੁਝ ਦੱਸਾਂਗੇ ਇਹਦੇ ਤੋਂ ਪਹਿਲਾਂ ਮੈਂ ਡਿਸਕਲੋਜ਼ ਨਹੀਂ ਕਰਾਂਗਾ 2 ਅਕਤੂਬਰ ਨੂੰ ਇਹਨਾਂ ਚੀਜ਼ਾਂ ਨੂੰ ਅਸੀਂ ਅਨਾਊਂਸ ਕਰਾਂਗੇ ਜਿਹੜੇ ਅੱਜ ਤੁਹਾਨੂੰ ਕਰਨਗੇ 2 ਅਕਤੂਬਰ ਨੂੰ ਚੀਫ ਮਿਨਿਸਟਰ ਸਾਹਿਬ ਆਪ ਪ੍ਰੈਸ ਕਾਨਫਰੰਸ ਕਰਨਗੇ ਔਰ ਤੁਹਾਡੇ ਇੱਕ ਇੱਕ ਜਿਹੜੀ ਗੱਲ ਦਾ ਜਵਾਬ ਦਿੱਤਾ ਜਾਏ ਬਿਲਕੁਲ ਅੱਜ ਦੇ ਮੰਤਰੀ ਮੰਡਲ ਇਹ ਸੁਖਜਿੰਦਰ ਰੰਧਾਵਾ ਜਾਂ ਚਰਨਜੀਤ ਸਿੰਘ ਚੰਨੀ ਜੀ ਨੇ ਨਹੀਂ ਬਣਾਉਣਾ ਇਹ ਮੰਤਰੀ ਮੰਡਲ ਸਾਡੀ ਹਾਈ ਕਮਾਂਡ ਜਿਹੜੀ ਉਹਦੇ ਨਾਲ ਡਿਸਕਸ਼ਨ ਚੱਲੇਗੀ ਇਹ ਤਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਟਾਈਮ ਦੇ ਦਿੱਤਾ ਕਿ ਸਾਨੂੰ 2-3 ਦਿਨ ਦੇ ਵਿੱਚ ਜਿਵੇਂ ਪਲੋਟਸ ਨੇ ਜਿਹੜੇ ਗਰੀਬਾਂ ਨੂੰ ਦੇਣੇ ਉਹਨਾਂ ਦੇ ਵਿੱਚ ਆ ਗਿਆ ਦੂਸਰਾ ਜਿਹੜੇ ਜੇ ਹੋਈ ਤੁਹਾਨੂੰ ਜਿਹੜੀ 200 ਯੂਨਿਟ 300 ਯੂਨਿਟ ਜਿਹੜੇ ਨੇ ਉਹ ਮਾਫ ਕਰਦਾ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਐਜੂਕੇਸ਼ਨ ਔਰ ਹੈਲਥ ਨੂੰ ਕਿਵੇਂ ਅਸੀਂ ਉਹਨੂੰ ਅੱਗੇ ਲੈ ਕੇ ਆਉਣਾ ਕਿਉਂਕਿ ਉਹਦੀ ਸਭ ਤੋਂ ਵੱਧ ਜ਼ਰੂਰਤ ਹੈ ਉਹਦਾ ਵੀ ਕਹਿ ਕੇ ਇੱਕ ਬੜਾ ਵਧੀਆ ਨੋਟ ਬਣਾ ਜਿਹੜੀਆਂ ਤੁਹਾਡੀਆਂ ਵਾਟਰ ਸਪਲਾਈ ਨੇ ਉਹਨਾਂ ਦੇ ਬਿੱਲ ਜਿਹੜੇ ਪੈਂਡਿੰਗ ਬਿੱਲ ਪਏ ਨੇ ਅਤੇ ਜਿਹੜੀ ਪੰਚਾਇਤਾਂ ਦੇ ਨਹੀਂ ਸਕਦੇ ਜਾਂ ਪਿੰਡਾਂ ਦੇ ਵਿੱਚ ਉਹ ਟੋਟਲ ਮਾਫ ਕਰ ਦਿੱਤੇ ਜਦੋਂ ਸਰਕਾਰਾਂ ਬਦਲਦੀਆਂ ਉਦੋਂ ਸਭ ਕੁਝ ਬਦਲੇ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਆ ਅੱਜ ਜਿਹੜੀ ਚੀਜ਼ਾਂ ਨੇ ਉਹ ਅਸੀਂ ਇਹ ਕੀਤੀਆਂ ਨੇ ਨਸ਼ਾ ਬਰਗਾੜੀ ਬਿਜਲੀ ਅਤੇ ਜਿਹੜੇ ਟਰਾਂਸਪੋਰਟ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਇਹ ਕੀਤੀ ਆ ਕਿ ਜਿਹੜੀ ਸੈਂਟ ਮਾਫੀਆ ਜਾਂ ਉਹਨੂੰ ਜਿਹੜੀ ਤੁਸੀਂ ਸੋ ਕੋਲ ਕਹਿੰਦੇ ਸੀ ਕਿ ਆਹ ਚੀਜ਼ਾਂ ਨੇ ਅਸੀਂ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਰੇਤਾਂ ਫ੍ਰੀ ਕਰ ਦਿੱਤੀ ਜਾਏਗੀ ਮੈਂ ਤੁਹਾਨੂੰ ਮੈਂ ਕਹਿਤਾ ਹੁਣ ਇੱਕ ਮਾਫੀਆ ਤਾਂ ਪਹਿਲਾਂ ਖਤਮ ਕਰਨੇ ਬਹੁਤ ਡਰੱਗ ਮਾਫੀਆ ਸੈਂਡ ਮਾਫੀਆ ਤੁਹਾਡੇ ਇੱਥੇ ਆਹ ਵੀ ਮਾਫੀਆ ਇੱਕ ਹੁੰਦਾ ਸੀਗਾ ਕਿੱਥੇ ਗਿਆ ਉਹ ਮਾਫੀਆ ਮੇਰੇ ਕੋਲੋਂ ਹੈ ਨਹੀਂ ਆਹ ਮਾਫੀਆ ਇਸ ਕਰਕੇ ਇਹ ਸਾਰੇ ਬਹੁਤ ਮਾਫੀਆ ਸਾਨੂੰ
ਸਫਾਈ ਕਰਨੀ ਪੈਣੀ ਪੀਟੀਸੀ ਮਾਫੀਆ ਡੇਲੀ ਪੋਸਟ ਇੱਕ ਪਰ ਨੇ ਹੋਰ ਕਿਹੜੇ ਕਿਹੜੀਆਂ ਪੋਸਟਾਂ ਇਹ ਸਰ ਪੰਜਾਬ ਬਦਲੇਗਾ ਬਦਲੇਗਾ ਪੰਜਾਬ ਬਦਲੇਗਾ ਤਕਦੀਰ ਯਾਰ ਆਪ ਮੇਰੀ ਗੱਲ ਸੁਣੋ ਤੁਸੀਂ ਮੈਂ ਪਹਿਲੀ ਗੱਲ ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਐਨੀ ਬਾਰਿਸ਼ ਦੇ ਵਿੱਚ ਵੀ ਇੱਥੇ ਖੜੇ ਹੋ ਤੇ ਅੱਜ ਤੱਕ ਤੁਸੀਂ ਆਪ ਮੇਰਾ ਖਿਆਲ ਕਿ 10 ਵਜੇ 12 ਵਜੇ ਤੋਂ ਬਾਅਦ ਵੀ ਨਹੀਂ ਸੀ ਖੜੇ ਹੋਏ ਕਦੀ ਆ ਜਿਹੜੇ ਦੁਪਹਿਰ ਨੂੰ ਵੀ ਤੇ ਤੁਹਾਨੂੰ ਤੇ ਇਹੋ ਹੀ ਲਾਉਣਾ ਚਾਹੀਦਾ ਕਿ ਬਦਲੇਗਾ ਪੰਜਾਬ ਜੇ ਇੱਥੇ ਸੈਕਟਰੀਏਟ ਬਦਲ ਗਿਆ ਤੇ ਪੰਜਾਬ ਨੂੰ ਜ਼ਰੂਰ ਇਹਦੀ ਸਰ ਦਿਨੇ ਬਦਲ ਲੋ ਸਰ ਦਿਨੇ ਪਤਾ ਹੈ ਅਗਰ ਸਰ ਸ਼ਹੀਦ ਨਾਵਤ ਦਾ ਤੁਸੀਂ ਇਗਜ਼ਾਮ ਆਇਆ ਉਸ ਨੂੰ ਲੈ ਕੇ ਵੀ ਇਨਸਟਰਕਸ਼ਨ ਇਹ ਕਰ ਦਿੱਤੀ ਹੈ ਕਿ ਜਿਹੜੀ ਡਿਸਟ੍ਰਿਕਟ ਲੈਵਲ ਦੇ ਉੱਤੇ ਔਰ ਸਟੇਟ ਲੈਵਲ ਦੇ ਉੱਪਰ ਜਿਹੜੇ ਆਫੀਸਰ ਨੇ 2 ਘੰਟੇ ਪਬਲਿਕ ਨੂੰ ਮਿਲਣਗੇ ਔਰ ਉੱਥੇ ਉਹਨਾਂ ਦੇ ਜਿਹੜੇ ਗ੍ਰੀਵੈਂਸਿਸ ਨੇ ਉਹਨਾਂ ਨੂੰ ਮੋਨੀਟਰਿੰਗ ਚੀਫ ਮਿਨਿਸਟਰ ਆਫਿਸ ਕਰੇਗਾ ਕਿਸੇ ਵੀ ਆਫੀਸਰ ਨੂੰ ਜਿਹੜੀ ਆ ਕਿ ਉਹ ਆਪਣੇ ਘਰ ਤੋਂ ਜਿਹੜਾ ਆਫਿਸ ਆ ਉਹ ਨਹੀਂ ਚਲਾਏਗਾ ਉਹ ਆਪਣੇ ਸੈਕਟਰੀਏਟ ਚ ਆਪਣੇ ਆਫਿਸ ਚ ਬੈਠ ਕੇ ਆਫਿਸ ਚਲਾਏਗਾ ਇਹ ਅਜੇ ਠਹਿਰ ਕੇ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਾਂਗੇ ਜਦੋਂ ਬਦਲੀਆਂ ਕਰਾਂਗੇ ਤੁਹਾਡੇ ਕੋਲ ਲਿਸਟ ਪਹੁੰਚ ਜਾਏਗੀ ਕੀ ਕੈਪਟਨ ਦੀ ਅਗਵਾਈ ਵਿੱਚ ਅਫਸਰਸ਼ਾਹੀ ਸਹੀ ਕੰਮ ਨਹੀਂ ਕਰ ਰਹੀ ਸੀ ਦੇਖੋ ਅਫਸਰਸ਼ਾਹੀ ਨੂੰ ਚਲਾਉਣਾ ਹੁੰਦਾ ਇਹ ਪੋਲੀਟੀਕਲ ਕੰਮ ਜਿਹੜੇ ਪਬਲਿਕ ਦੇ ਰਿਪਰੈਜ਼ੈਂਟੇਟਿਵ ਹੁੰਦੇ ਆ ਉਹਨਾਂ ਨੇ ਦੇਖਣਾ ਹੁੰਦਾ ਕੋਈ ਵੀ ਕੰਮ ਇਹ ਨਹੀਂ ਕਹਿ ਸਕਦਾ ਕਿ ਉਹ ਕੰਮ ਕਿਉਂ ਨਹੀਂ ਕਰ ਰਿਹਾ ਕੰਮ ਕਰਾਉਣ ਵਾਲਾ ਚਾਹੀਦਾ ਮੈਂ ਤੁਹਾਡੇ ਤੋਂ ਪਹਿਲਾਂ ਮੈਂ ਮੇਰੇ ਖਿਆਲ ਤੁਸੀਂ ਸੁਣਿਆ ਨਹੀਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹੋ ਸਵੇਰੇ ਵੀ ਮੇਰੀ ਇਹੀ ਗੱਲ ਹੋਈ ਆ ਬੇਅਦਬੀ ਦਾ ਮੁੱਦਾ ਬਾਈਬਲ ਕਲਾਂ ਦਾ ਮੁੱਦਾ ਔਰ ਜਿਹੜਾ ਡਰੱਗ ਦਾ ਮੁੱਦਾ ਇਹ ਸਾਡੇ ਲਈ ਪ੍ਰਾਇਓਰਿਟੀ ਤੇ ਨੰਬਰ 1 ਹੈ ਪਤਿਆ ਜਾਵੇ ਸੋ ਦਿਨ ਰਾਤ ਕੰਮ ਹੋ ਰਿਹਾ ਦਿਨ ਰਾਤ ਕੰਮ ਹੋ ਰਿਹਾ ਸੋ ਮੈਂ ਸਮਝਦਾ ਹਾਂ ਕਿ ਜੇ ਆਪਾਂ ਕਹਿੰਦੇ ਹਾਂ 3 ਮਹੀਨੇ ਰਹਿ ਗਏ ਤਾਂ ਸਮਝ ਲਓ 6 ਮਹੀਨਿਆਂ ਦਾ ਕੰਮ ਕਰਨਾ ਸੋ ਇਹ ਸੋਚ ਕੇ ਹੁਣ ਸਰਕਾਰ ਚੱਲ ਰਹੀ ਹੈ ਜਿਹੜੀ ਸਭ ਤੋਂ ਚੰਗੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਕੁਛ ਮੁਸ਼ਕਲਾਂ ਮਸਲੇ ਹੈ ਜਿਹੜੇ ਤਾਜ਼ਾ ਲੋਕਾਂ ਦੀਆਂ ਮੁਸ਼ਕਲਾਂ ਮਸਲੇ ਹੈ ਉਹਨਾਂ ਨੂੰ ਕੰਸਿਡਰ ਕੀਤਾ ਜਾ ਰਿਹਾ ਅਤੇ ਮੈਂ ਉਹਨਾਂ ਦੇ ਨਾਲ ਦੀ ਨਾਲ ਹੱਲ ਕੀਤੇ ਜਾ ਰਹੇ ਹੈ ਸੋ ਇਹ ਬਹੁਤ ਚੰਗੀ ਗੱਲ ਹੈ ਦੇਖੋ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਕਿਹੜਾ ਕੈਬਨਿਟ ਮੀਟਿੰਗ 'ਚ ਬੈਠਾ ਸੀ ਜੋ ਪ੍ਰੈਸ ਨੋਟ ਆਏ ਨੇ ਤੁਹਾਨੂੰ ਪਤਾ ਹੋਊਗਾ ਮੈਂ ਤਾਂ ਪ੍ਰੈਸ ਨੋਟ ਵੀ ਨਹੀਂ ਪੜਿਆ ਸੋ ਇਸ ਕਰਕੇ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ ਮੈਂ ਜਿਹੜੀ ਗੱਲ ਬਾਰੇ ਮੈਂ ਸਟੱਡੀ ਨਹੀਂ ਕੀਤਾ ਜਾਂ ਪੜਿਆ ਨਹੀਂ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਨਾ ਦੇਖੋ ਮੈਂ ਸਮਝਦਾ 2 ਗੱਲਾਂ ਦੇਖੋ ਅੱਗੇ ਤਾਂ ਹੁਣ ਕੰਮ ਚੱਲਣਾ ਤੁਹਾਡੇ ਸਾਹਮਣੇ ਸਾਰੀ ਗੱਲ ਆ ਜਾਣੀ ਪਰ ਸੰਜੀਤ ਦਾ ਜਿਹੜੀ ਸਰਕਾਰ ਦੀ ਸੋਚ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਓਵਰ ਟਾਈਮ ਕੰਮ ਕਰ ਰਹੀ ਹੈ ਤਾਂ ਕਿ ਜਿਹੜੀਆਂ ਲੋਕਾਂ ਦੇ ਮਸਲੇ ਮੁਸ਼ਕਲਾਂ ਜਾਂ ਜਿਹੜੇ ਕਾਂਗਰਸ ਪਾਰਟੀ ਨੇ ਕੀਤੇ ਹੋਏ ਲੋਕਾਂ ਨਾਲ ਵਾਅਦੇ ਹੈ ਉਹ ਜਲਦੀ ਪੂਰੇ ਕਰਕੇ ਦਈਏ ਸੋ ਅੱਜ ਤਾਂ ਮੈਂ ਇਹ ਕਹਿ ਸਕਦਾ ਕਿ ਤੁਸੀਂ ਸੋਚ ਦੇਖੋ ਅਤੇ ਉਹਦੇ ਮਗਰ ਹੁਣ ਜਿਹੜੀ ਮਿਹਨਤ ਹੋ ਰਹੀ ਹੈ ਉਹਦੇ ਵੱਲ ਨਹੀਂ ਧਿਆਨ ਦਿਓ ਅਤੇ ਮੈਂ ਸਮਝਦਾ ਜਦੋਂ ਪੋਜ਼ਿਟਿਵ ਐਟੀਟਿਊਡ ਨਾਲ ਅਤੇ ਪੋਜ਼ਿਟਿਵ ਸੋਚ ਨਾਲ ਸਰਕਾਰ ਚੱਲ ਰਹੀ ਹੈ ਅਤੇ ਜਿਹੜੇ ਉਹ ਮਸਲੇ ਜ਼ਰੂਰ ਜਲਦੀ ਹੱਲ ਹੋ ਜਾਣਗੇ ਇਹਦੇ ਬਾਰੇ ਤਾਂ ਸੀਐਮ ਦਾ ਪ੍ਰੋਗਰੈਟਿਵ ਹੈ ਮੈਂ ਕੁਛ ਨਹੀਂ ਕਹਿ ਸਕਦਾ ਭਾਈ ਸਾਹਿਬ ਦੇਖੋ ਇਹ ਸਭ ਸੀਐਮ ਦਾ ਪ੍ਰੋਗਰੈਟਿਵ ਹੈ ਇਹਦੇ ਬਾਰੇ ਮੈਨੂੰ ਆਈ ਐਮ ਟੋਟਲੀ ਅਨਅਵੇਅਰ ਆਫ ਆਲ ਦਿਸ ਮੈਂ ਦੇਖੋ ਮੇਰੀ ਇੱਕ ਬੇਨਤੀ ਹੈ ਇਟ ਇਜ਼ ਵੈਰੀ ਇਮੈਚਿਓਰ ਦੇਖੋ ਮੈਂ ਨਾ ਤਾਂ ਅੱਜ ਕੈਬਨਿਟ 'ਚ ਬੈਠਾ ਸੀ ਤੁਹਾਨੂੰ ਤਾਂ ਪ੍ਰੈਸ ਰੋਡ ਮਿਲ ਗਿਆ ਮੈਨੂੰ ਤਾਂ ਉਹ ਵੀ ਨਹੀਂ ਮਿਲਿਆ ਜੇ ਮੈਂ ਪੜ੍ਹਿਆ ਹੁੰਦਾ ਮੈਂ ਸ਼ਾਇਦ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਪਰ ਮੈਂ ਇੱਕ ਗੱਲ ਕਹਿ ਸਕਦਾ ਦੇਖੋ ਨੀਅਤ ਅਤੇ ਮਿਹਨਤ ਉਹ ਪਹਿਲੇ ਦਿਨ ਤੋਂ ਹੀ ਤੁਹਾਨੂੰ ਦਿਖ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਦਿਖੇਗੀ ਅਤੇ ਜੇ ਨੀਅਤ ਅਤੇ ਮਿਹਨਤ ਦੋਨੋਂ ਚੀਜ਼ਾਂ ਰਲ ਜਾਣਗੀਆਂ ਤਾਂ ਰਿਜ਼ਲਟ